ਫਿਰਦੀ ਫਿਰਦੀ ਦਰਵਾਜ਼ੇ ਖੜਕਾਉਂਦੀ ਖੜਕਾਉਂਦੀ ਹਜ਼ਰਤ ਹਜ਼ਰਤ ਅਬਦੁਲ ਮੁਤਲਿਬ ਨਾਲ ਮੁਲਾਕਾਤ ਹੋ ਗਈ। ਉਹ ਕਿ ਉਸ ਦਰ ਤੇ ਆ ਜਾਵੇ ਜਿੱਥੋਂ ਖਾਲੀ ਕੋਈ ਨਾ ਜਾਵੇ। ਅੱਲਾਹ ਸੁਭਾਨ ਅੱਲਾਹ। ਇਮਾਮ ਇਬਨ ਜੌਦੀ ਨੇ ਲਿਖਿਆ ਕਿ ਹਲੀਮਾ ਸਾਫੀਆ ਤੋਂ ਪਹਿਲਾਂ ਵੀ ਕੁਝ ਦਾਈਆਂ ਆਈਆਂ ਸਨ ਅੱਲਾਹ, ਲੇਕਿਨ ਨਬੀ ਕਰੀਮ ਅਲੈਹਿਸਸਲਾਮ ਨੇ ਆਪਣਾ ਚਿਹਰਾ ਅਨਵਰ ਉਹਨਾਂ ਤੋਂ ਫੇਰ ਲਿਆ। ਸੁਭਾਨ ਅੱਲਾਹ। ਯਾਨੀ ਹਜ਼ੂਰ ਨੇ ਉਹਨਾਂ ਨੂੰ ਪਸੰਦ ਨਹੀਂ ਫਰਮਾਇਆ ਤੇ ਹਲੀਮਾ ਸਾਫੀਆ ਜਦੋਂ ਵੇੜੇ ਚ ਕਦਮ ਰੱਖਿਆ ਖੁਸ਼ਬੂਆਂ ਦੇ ਹੁਲੇ ਆ ਰਹੇ ਸਨ ਅੱਲਾਹ। ਸੁਭਾਨ ਅੱਲਾਹ। ਸੈਯਦਾ ਹਲੀਮਾ ਸਾਫੀਆ ਜਿਸ ਵਕਤ ਨਬੀ ਕਰੀਮ ਦੇ ਪੰਗੂੜੇ ਦੇ ਕਰੀਬ ਗਈ, ਜਾ ਕੇ ਚਿਹਰੇ ਅਨਵਰ ਤੋਂ ਹਿਜਾਬ ਹਟਾਇਆ ਤੇ ਵਲ ਦੁਹਾ ਦੇ ਮੁਖੜੇ ਵਾਲਾ। ਹੁਸਨ ਇੱਥੇ ਸਿਮਰ ਕੇ ਆ ਗਿਆ ਵਦੁਹਾ ਮੁਖੜਾ ਤੇ ਵਲੈਲ ਆਸਮਾਨਾਂ ਤੇ ਵੀ ਇੰਤਜ਼ਾਰ ਹੋ ਰਹੀ ਹੈ ਕਿਹਦਾ ਮੁਕੱਦਰ ਜਾਗੇਗਾ, ਕੌਣ ਖੁਸ਼ਬਖਤ ਮਾਈ ਜਿਹਦੇ ਹਿੱਸੇ ਵਿੱਚ ਰੱਬ ਦਾ ਹਬੀਬ ਆਏਗਾ। ਪਾਇਆ ਜਾ ਬੱਲੇ ਅਰਸ਼ ਵਾਲੇ ਝੁਕ ਝੁਕ ਕੇ ਬੈਠੇ ਸੀ ਥੱਲੇ ਅਰਸ਼ਾਂ ਤੇ ਫਰਸ਼ਾਂ ਤੇ ਪੈ ਗਈ ਦੁਹਾਈ, ਹਲੀਮਾ ਨੇ ਲੁੱਟ ਲਈ ਖੁਦਾ ਦੀ ਖੁਦਾਈ। ਨਬੀਏ ਪਾਕ ਅਲੈਹਿਸਸਲਾਮ ਨੂੰ ਜਦੋਂ ਝੁਕ ਕੇ ਸੀਨੇ ਨਾਲ ਲਾਇਆ, ਸਾਦੀਆ ਲੀਮਾ ਸਾਦੀਆ ਫਰਮਾਦੀਆਂ ਨੇ ਕਾਹਦੀ ਵਜ੍ਹਾ ਤੋਂ ਮੇਰੇ ਛਾਤੀ ਵਿੱਚ ਦੁੱਧ ਖੁਸ਼ਕ ਹੋ ਗਿਆ, ਮੇਰਾ ਆਪਣਾ ਬੱਚਾ ਸਾਰੀ ਸਾਰੀ ਰਾਤ ਰੋਂਦਾ ਸੀ, ਪਰ ਜਦੋਂ ਰਸੂਲੁੱਲਾ ਨੇ ਲਬ ਲਗਾਏ ਇੰਜ ਲੱਗਿਆ ਜਿਵੇਂ ਮੇਰੀ ਛਾਤੀ ਵਿੱਚ ਦੁੱਧ ਦਾ ਚਸ਼ਮਾ ਜਾਰੀ ਹੋ ਗਿਆ। ਲੈ ਕੇ ਟੁਰ ਪਈ ਖੈਮੇ ਵਿੱਚ ਗਈ, ਆਪ ਦੇ ਖਾਵਤ ਨੇ ਪੁੱਛਿਆ ਹਲੀਮਾ ਕੋਈ ਬੱਚਾ ਮਿਲਿਆ ਹੈ ਮੈਨੂੰ ਵੀ ਦਿਖਾ। ਜਿਸ ਵਕਤ ਉਹਨਾਂ ਦੀ ਨਜ਼ਰ ਹਜ਼ੂਰ ਦੇ ਚਿਹਰੇ ਤੇ ਪਈ ਤੇ ਸਜਦੇ ਵਿੱਚ ਗਿਰ ਗਿਆ, ਕਹਿਣ ਲੱਗਾ ਹਲੀਮਾ ਬੜੀ ਬਰਕਤ ਵਾਲੀ ਰੂਹ ਲੈ ਕੇ ਆਈ ਹੈ। ਅੱਲਾਹ ਅੱਲਾਹ ਸੁਭਾਨ ਅੱਲਾਹ। ਸੈਯਦਾ ਹਲੀਮਾ ਹਜ਼ੂਰ ਨੂੰ ਲੈ ਕੇ ਤਿਆਰੀ ਹੋ ਗਈ ਤੇ ਜਿਸ ਵਕਤ ਕਾਬੇ ਦਾ ਤਵਾਫ ਕਰਾਉਣ ਵਾਸਤੇ ਗਈ, ਹਜ਼ਰੇ ਅਸਵਦ ਨੂੰ ਸਾਰੀ ਦੁਨੀਆ ਚੁੰਮਦੀ ਹੈ, ਉਹ ਹਜ਼ਰੇ ਅਸਵਦ ਹਜ਼ੂਰ ਨੂੰ ਚੁੰਮ ਰਿਹਾ ਸੀ। ਸੁਭਾਨ ਅੱਲਾਹ ਸੁਭਾਨ ਅੱਲਾਹ। ਫਿਰ ਜਿਸ ਡਾਚੀ ਤੇ ਹਜ਼ੂਰ ਨੂੰ ਸਵਾਰ ਕੀਤਾ ਉਹਨੇ ਕਾਬੇ ਵੱਲ ਤਿੰਨ ਸਜਦੇ ਕੀਤੇ, ਉੱਠ ਕੇ ਖੜੀ ਹੋਈ ਫਸੀਓ ਬਲੀ ਅਰਬੀ ਜ਼ੁਬਾਨ ਤੇ ਬੋਲ ਕੇ ਐਲਾਨ ਕੋਈ ਕਰਦੀ ਹੈ, ਮੇਰੀ ਪੁਸ਼ਤ ਤੇ ਨਬੀਆਂ ਦਾ ਸਰਦਾਰ ਆ ਗਿਆ। ਸੁਭਾਨ ਅੱਲਾਹ। ਅੰਬੀਆ ਦੇ ਤਾਜਦਾਰ ਜਲਵਾਗਰ ਹੋ ਗਏ ਨੇ। ਜਿਹੜੀ ਡਾਚੀ ਆਉਣ ਲੱਗਿਆ ਸਭ ਤੋਂ ਪਿੱਛੇ ਸੀ, ਕਮਜ਼ੋਰ ਸੀ, ਸਰਕਾਰ ਦੇ ਕਦਮ ਲੱਗੇ ਤੇ ਦੇਰ ਨਹੀਂ ਲੱਗੀ, ਸਿਹਤਮੰਦ ਵੀ ਹੋ ਗਈ, ਉਹਦੇ ਜਿਸਮ ਵਿੱਚ ਤਾਕਤ ਵੀ ਆ ਗਈ, ਰਫਤਾਰ ਵਿੱਚ ਇਤਨੀ ਤੇਜ਼ੀ ਆ ਗਈ, ਲਾਈਆਂ ਦੇ ਕਾਫਲੇ ਅੱਗੇ ਚਲੇ ਗਏ ਸਨ। ਹਲੀਮਾ ਦੀ ਡਾਚੀ ਉਹਨਾਂ ਨੂੰ ਕ੍ਰਾਸ ਕਰ ਗਈ। ਉਹਨਾਂ ਤਾਈਆਂ ਨੇ ਹੈਰਾਨ ਹੋ ਕੇ ਵੇਖਿਆ ਨੀ ਹਲੀਮਾ ਸਵਾਰੀ ਤਬਦੀਲ ਹੋ ਗਈ ਹੈ। ਫਰਮਾਇਆ ਨਹੀਂ ਗੌਰ ਨਾਲ ਵੇਖੋ, ਸਵਾਰੀ ਉਹ ਹੋਈ ਹੈ, ਸਵਾਰ ਬਦਲ ਗਿਆ। ਤਾਈਆਂ ਪੁੱਛਦੀਆਂ ਨੇ ਹਲੀਮਾ ਇਹ ਸਵਾਰ ਕੌਣ ਹੈ? ਪਰਮਾਦੀਆਂ ਨੇ ਜਿਨੂੰ ਤੁਸਾਂ ਨਹੀਂ ਸੀ ਚਾਇਆ, ਮੈਂ ਤਾਂ ਚਾਈ ਵੈ ਨੀਆ ਸੋਣਾ ਮੇਰੇ ਹਿੱਸੇ ਆਇਆ। ਮੈਂ ਤਾਂ ਚਾਈ ਵੈ ਨੀਆ ਸੋਣਾ ਮੇਰੇ ਹਿੱਸੇ ਆਇਆ।
ਕਰਦਾ ਜਾ ਰਿਹਾ ਹੈ, ਇੰਜਾ ਖਾਂ ਫਰਿਸ਼ਤਿਆਂ ਦੀ ਬਰਾਤ ਵੀ ਨਾਲ ਜਾ ਰਹੀ ਹੈ। ਤਾਈਆਂ ਪੁੱਛਦੀਆਂ ਨੇ ਨੀ ਹਲੀਮਾ ਇਹ ਨੂਰ ਕਿਧਰੋਂ ਆ ਗਿਆ, ਚੀਜ ਜੰਗਲ ਖੁਸ਼ਬੂ ਨਾਲ ਸੈਯਦਾ ਹਲੀਮਾ ਫਰਮਾਉਂਦੀਆਂ ਨੇ ਤੱਕੋ ਮੇਰੇ ਚੰਨ ਕੋ ਕੱਲੀ ਨਹੀਂ ਮੈਂ ਜਿਹੜੀ ਖਾਕ ਅੱਜ ਵੀ
عرش ہو رہی ہے، وہ کعبے کو بھی افضل ہے، وہ عرش اولاد کو بھی افضل ہے، وہ جنت کو بھی افضل ہے، اور جڑی مٹی حضور کے جسم نال ماس ہو رہی ہے، وہ کعبے کو افضل، عرش اولاد کے افضل۔ اس جگہ تے مقام دیو، لوگ کہتے ہیں عرش کے نبی گئے تو نبی کا معراج ہو گیا، حضور سدرہ گئے تو معراج ہو گیا، نا خدا دی قسم وہ مٹی افضل ہے جس نے حضور قدم رکھ دیتے، میرا نبی سدرہ تے پہنچیا تے سدرہ دی معراج، میرا نبی عرش تے پہنچیا تے اج عرش دی معراج، نبی دا تاجدار آ گیا۔ سبحان اللہ دوستاں گرامی، اوتا ایسے پہاڑ او جنگل او بھی خوشیاں منا رہے نے، کون آیا
مولا تمام دوست مشکلات مولا جس دوسری نفرت نے آمین کردار ہیں کرت رہی عطا فرمانا بے اولاد سب اولاد عطا فرمانا بے نماز پڑھنے کی توفیق عطا فرمانا بے ادب ہیں ادب کرنے توفیق عطا فرمانا ان کے پاکستان سلامت رکھے عالم اسلام استقامت اول خیر آخر خیر سب تو بنا سب کی خیر اللہ و خیر حافظ امین امین دوستان